ਪਟਿਆਲਾ ਦੇ ਵਿੱਚ ਅੱਜ ਇੱਕ ਵਾਰੀ ਫਿਰ ਕਿਸਾਨ ਜਥੇਬੰਦੀਆਂ ਦੀ ਹਰਿਆਣਾ ਅਤੇ ਪਟਿਆਲਾ ਦੇ ਉੱਚ ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਕਿਸਾਨਾਂ ਦੀ ਖਤਮ ਹੋਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਕਿਸਾਨ ਆਗੂ ਆਪਸ 'ਚ ਵਿਚਾਰ ਵਟਾਂਦਰਾ ਕਰ ਰਹੇ ਸੀ। ਡੱਲੇਵਾਲ ਸਾਹਿਬ ਮੇਰੇ ਨਾਲ ਮੌਜੂਦ ਨੇ। ਡੱਲੇਵਾਲ ਸਾਹਿਬ, ਕਿਸ ਤਰ੍ਹਾਂ ਦੀ ਅੱਜ ਮੀਟਿੰਗ ਨੂੰ ਲੈ ਕੇ ਸੋਚ ਰਹੇ ਕਿ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾ ਸਕਦਾ? ਦੇਖੋ, ਉਸ ਮੀਟਿੰਗ ਦੇ ਨਾਲ ਕੋਈ ਬਹੁਤ ਸਾਡਾ ਉਹ ਨਹੀਂ ਹੈ ਗੱਲ, ਪ੍ਰਸ਼ਾਸਨ ਨੇ ਮੀਟਿੰਗ ਕਰਨੀ ਹੈ, ਦੇਖਦੇ ਹਾਂ ਪ੍ਰਸ਼ਾਸਨ ਅੱਗੋਂ ਕੀ ਗੱਲ ਕਰਦਾ। ਉਸ ਦਿਨ ਵੀ ਤੁਸੀਂ ਦੇਖਿਆ ਜੀ ਕਿ ਅੱਧੇ ਘੰਟੇ ਦੇ ਵਿੱਚ ਤਕਰੀਬਨ ਮਤਲਬ ਗੱਲਬਾਤ ਜਿਹੜੀ ਹੋਈ ਸੀ, ਅਸੀਂ ਆਪਦਾ ਕਲੀਅਰ ਸਪਸ਼ਟ ਉਸ ਦਿਨ ਕਹਿਤਾ ਸੀਗਾ ਕਿ ਰਸਤੇ ਖੋਲ੍ਹ ਦੀ ਹੈ ਸਰਕਾਰ ਤੇ ਬੜੀ ਵਧੀਆ ਗੱਲ ਹੈ, ਅਸੀਂ ਉਹਦੇ ਨਾਲ ਸਹਿਮਤ ਹਾਂ ਜੀ। ਤੋ ਸਾਡਾ ਸਟੈਂਡ ਉਹੀ ਹੈ ਜੀ। ਸੈਕਿੰਡ ਇਹ ਆ ਕਿ ਸਾਡੀ ਮੀਟਿੰਗ ਦੀ ਮੇਨ ਏਜੰਡਾ ਉਹਦੇ 'ਤੇ ਘੱਟ ਗੱਲ ਸੀ ਸਾਡੀ ਸੀਗੀ ਕਿ 31 ਅਗਸਤ ਨੂੰ ਅਸੀਂ ਪੂਰੇ ਦੋਨਾਂ ਮੋਰਚਿਆਂ ਦੇ ਵਿੱਚ ਇੱਥੇ ਅਤੇ ਇੱਕ ਰਤਨਪੁਰਾ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਹੈ, ਉਹਨਾਂ ਦੇ ਪ੍ਰਬੰਧ ਕਿਵੇਂ ਦੇ ਕਰਨੇ ਆ, ਕਿਉਂਕਿ ਅੱਜ ਅਸੀਂ ਲਗਭਗ 25 'ਚ ਜਾ ਗਏ ਹਾਂ, ਸਾਡੇ ਕੋਲ ਟਾਈਮ ਹੁਣ ਦਿਨ ਸਾਰੇ 5 ਹੀ ਰਹਿ ਗਏ ਨੇ, ਤਾਂ 19 ਛੇਤੀ ਜਿੰਨੀ ਛੇਤੀ ਅਸੀਂ ਉੱਥੇ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ, ਉਹਦੇ ਲਈ ਚਰਚਾ ਹੋਈ ਹੈ ਸਾਡੇ ਵਿੱਚ। ਅਸੀਂ ਉਸ ਦਿਨ ਤੁਸੀਂ ਟਰੈਕਟਰ ਟਰਾਲੀਆਂ ਦੀ ਗੱਲ ਕੀਤੀ ਸੀ ਕਿ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ ਕਿਉਂਕਿ ਇੱਕ ਤਰ੍ਹਾਂ ਦਾ ਮਕਾਨ ਹੈ, ਕੀ ਉਹ ਵੀ ਮੁੱਦਾ ਕਿ ਟਰੈਕਟਰ ਟਰਾਲੀਆਂ ਨਾਲ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਅਤੇ ਦੂਜਾ 31 ਅਗਸਤ ਵਾਲਾ? ਦੇਖੋ ਨਹੀਂ, ਉਹ ਮੁੱਦਾ ਤਾਂ ਸਾਡਾ ਮਤਲਬ ਕੋਈ ਨਵਾਂ ਨਹੀਂ ਹੋਣਾ ਆ, ਉਹ ਤਾਂ ਅਸੀਂ ਆਲਰੇਡੀ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਹ ਦੱਸ ਚੁੱਕੇ ਹਾਂ ਕਿ ਜਿਹੜੇ ਟਰੈਕਟਰ ਟਰਾਲੀਆਂ ਨੇ, ਟਰੈਕਟਰ ਟਰਾਲੀਆਂ ਸਾਡੇ ਘਰ ਨੇ, ਉਹ ਸਾਡਾ ਬਰਸਾਤਾਂ 'ਚ ਰਾਖੀ ਕਰਦੇ ਨੇ, ਗਰਮੀ 'ਚ ਅਸੀਂ ਉਹਦੇ ਤੋਂ ਬਚਾਓ ਦੇ ਲਈ ਸਾਨੂੰ ਲੋੜੀਂਦੇ ਨੇ ਉਹ, ਫਿਰ ਸਾਡਾ ਰਾਸ਼ਨ ਉਹਦੇ 'ਚ ਹੈ, ਤਾਂ ਕਈ ਕਾਫੀ ਗੱਲਾਂ ਤੋਂ ਮਤਲਬ ਸਾਡਾ ਇੱਕ ਤਰ੍ਹਾਂ ਜਿਹੜਾ ਘਰ ਆ, ਘਰ ਤੋਂ ਬਗੈਰ ਉੱਥੇ ਰਿਹਾ ਨਹੀਂ ਜਾ ਸਕਦਾ। ਕੋਈ ਸਕਾਰਾਤਮਕ ਲੱਗਦਾ ਵੀ ਅੱਜ ਦੀ ਮੀਟਿੰਗ 'ਚ? ਉਹ ਤਾਂ ਯਾਰ ਜਦੋਂ ਜਾਵਾਂਗੇ ਨਾ ਅਸੀਂ ਉਹਨਾਂ ਨਾਲ ਬੈਠਾਂਗੇ, ਗੱਲ ਕਰਾਂਗੇ, ਉਦੋਂ ਪਤਾ ਲੱਗਣਾ ਕਿ ਉਹ ਕੀ ਪੁੱਛਦੇ ਨੇ ਸਾਥੋਂ, ਕੀ ਪੁੱਛਣਾ ਚਾਹੁੰਦੀ ਹੈ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ। 31 ਅਗਸਤ ਬਾਰੇ ਪ੍ਰਸ਼ਾਸਨ ਨੇ ਕਿਹਾ ਹੋਵੇ? ਨਹੀਂ, ਹਜੇ ਤੀਕਰ ਦੇਖੋ, ਹਜੇ ਤੀਕਰ ਕੁਛ ਨਹੀਂ ਗੱਲ ਆਈ, ਸਾਡਾ ਕੋਈ ਨਹੀਂ ਇਹੋ ਜਿਹਾ ਕਿ ਸਾਡਾ ਕੋਈ ਮਤਲਬ ਸ਼ਾਂਤੀ ਭੰਗ ਕਰਨ ਦਾ ਪ੍ਰੋਗਰਾਮ ਨਹੀਂ ਨਾ, ਅਸੀਂ ਤਾਂ ਪੂਰੀ ਤਰ੍ਹਾਂ ਪੀਸਫੁਲੀ 31 ਅਗਸਤ ਦੇ ਦੋਨਾਂ ਮੋਰਚਿਆਂ ਦੇ ਉੱਤੇ ਸਾਡਾ ਜਿਹੜਾ ਵੱਡੇ ਇਕੱਠ ਕਰਕੇ ਅਸੀਂ ਇੱਕ ਤਰ੍ਹਾਂ ਨਾਲ ਇਸ ਮੋਰਚੇ ਨੂੰ ਹੋਰ ਤਾਕਤ ਦੇਣ ਦੀ ਗੱਲ ਕਰਨੀ ਹੈ, ਔਰ ਇਸ ਤੋਂ ਵੱਖਰਾ ਮਤਲਬ ਸਾਡਾ ਕੋਈ ਪ੍ਰੋਗਰਾਮ ਨਹੀਂ। ਸੋ ਜਗਜੀਤ ਸਿੰਘ ਡੱਲੇਵਾਲ ਨੇ, ਸੀਨੀਅਰ ਕਿਸਾਨ ਆਗੂ ਨੇ, ਜਿਹੜੇ ਇਸ ਵੇਲੇ ਮੀਟਿੰਗ ਖਤਮ ਹੋਈ ਹੈ ਕਿਸਾਨਾਂ ਦੀ, ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਸਰਕਾਰ ਨੂੰ ਕਹਿ ਦਿੱਤਾ ਕਿ ਸਾਡਾ ਜੇ 31 ਅਗਸਤ ਨੂੰ ਇਕੱਠ ਹੁੰਦਾ ਸ਼ਾਂਤਮਈ ਰਹੂਗਾ, ਅਤੇ ਦੂਜਾ ਜਿਹੜਾ ਦਿੱਲੀ ਜਾਣ ਦਾ ਸਾਡਾ ਏਜੰਡਾ ਹੈਗਾ ਉਹ ਵੀ ਬਿਲਕੁਲ ਸਾਫ਼ ਹੈ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਜਾਣਗੇ, ਅਤੇ ਇਸ ਲਈ ਸਰਕਾਰ ਨੂੰ ਉਹਨਾਂ ਦੀ ਇਹ ਮੰਗ ਮੰਨ ਲੈਣੀ ਚਾਹੀਦੀ ਹੈ। ਪਰ ਨਾਲ ਹੀ ਉਹਨਾਂ ਨੇ ਸਾਫ਼ ਕੀਤਾ ਕਿ ਮੈਨੂੰ ਜ਼ਿਆਦਾ ਉਮੀਦ ਨਹੀਂ ਹੈਗੀ ਕਿ ਸਾਡੀਆਂ ਮੰਗਾਂ ਦੇ ਉੱਪਰ ਸਰਕਾਰ ਕੋਈ ਸਕਾਰਾਤਮਕ ਫੈਸਲਾ ਲਊਗੀ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।